ਹੈ ਪੋਲਿਸੀ ਵਿੱਚ ਕੀ ਕੀ ਕਰਨਾ। ਸੋ ਉਹਦੇ ਵਿੱਚ ਇੱਕ ਇਹ ਮਹਿਸੂਸ ਕੀਤਾ ਗਿਆ ਸੀਗਾ ਕਿ ਕੋਆਰਡੀਨੇਟਿਡ ਪੋਲਿਸੀ ਜੋ ਸਾਡੀ ਆਲਰੇਡੀ ਬਣੀ ਹੋਈ ਹੈ, ਕਾਡਾ ਜੋ ਕੰਪ੍ਰੀਹੈਂਸਿਵ ਐਕਸ਼ਨ ਅਗੇਂਸਟ ਡਰੱਗ ਐਬਿਊਜ਼ ਹੈ, ਉਹ ਸਟੇਟ ਲੈਵਲ 'ਤੇ ਇੱਕ ਬਹੁਤ ਅੱਛੀ ਪੋਲਿਸੀ ਬਣੀ ਹੋਈ ਹੈ ਜਿਹਦੇ ਵਿੱਚ ਸਾਰੇ ਡਿਪਾਰਟਮੈਂਟਸ, ਚਾਹੇ ਉਹ ਸਿਵਲ ਐਡਮਿਨਿਸਟ੍ਰੇਸ਼ਨ ਹੈ, ਪੁਲਿਸ ਹੈ, ਜਾਂ ਹੈਲਥ ਡਿਪਾਰਟਮੈਂਟ ਹੈ, ਐਜੂਕੇਸ਼ਨ ਡਿਪਾਰਟਮੈਂਟ ਹੈ, ਉਹ ਸਾਰੇ ਇਕੱਠੇ ਹੋ ਕੇ ਕੰਮ ਕਰਨ ਤਾਂ ਕਿ ਜਿਹੜੀ ਇਹ ਡਰੱਗ ਅਬਿਊਜ਼ ਪ੍ਰੋਬਲਮ ਹੈ ਸਟੇਟ ਵਿੱਚ, ਉਹਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਅਸੀਂ ਉਹਦੇ ਵਿੱਚ ਕਾਮਯਾਬੀ ਹਾਸਿਲ ਕਰ ਸਕੀਏ। ਤੋ ਇਹ STF ਜਦੋਂ ਦਾ ਬਣਿਆ ਹੈ ਉਦੋਂ ਤੋਂ ਅਸੀਂ ਹੁਣ ਅੱਜ ਤੱਕ ਆਲਮੋਸਟ 26,000 ਪਰਚੇ ਦਰਜ ਕੀਤੇ ਹੈ ਔਰ ਕਾਫੀ ਸਾਰੀ ਰਿਕਵਰੀ ਹੋਈਆਂ ਨੇ ਅਤੇ ਆਲਮੋਸਟ 725 KG ਹੈਰੋਇਨ ਅਸੀਂ ਫੜ ਚੁੱਕੇ ਹਾਂ। ਸਾਰੀ ਪੰਜਾਬ ਪੁਲਿਸ ਦੀ ਫਿਗਰਸ ਨੇ 2017 ਵਿੱਚ ਜਦੋਂ ਇਹ ਸਾਰੀ ਮੁਹਿੰਮ ਸ਼ੁਰੂ ਹੋਈ ਹੁਣ ਤੱਕ, ਔਰ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਿੰਨੇ ਪਹਿਲੇ ਐਫਰਟਸ ਹੋਏ ਹੈ ਉਹਨੂੰ ਰੀਡਬਲ ਕਰਾਂਗੇ। ਔਰ ਜੋ ਪਿਛਲੇ 2 ਸਾਲਾਂ ਵਿੱਚ 156 ਡਰੱਗ ਸਮਗਲਰਸ ਫੜੇ ਗਏ ਨੇ ਜਿਨ੍ਹਾਂ ਕੋਲੋਂ 2 KG ਔਰ ਐਂਡ ਅਬਵ ਹੈਰੋਇਨ ਪ੍ਰਾਪਤ ਕੀਤੀ ਗਈ ਹੈ ਜਾਂ ਰਿਕਵਰ ਕੀਤੀ ਗਈ ਹੈ, ਔਰ ਉਹਨਾਂ ਨੂੰ ਦੇ ਆਰ ਆਲ ਬਿਹਾਈਂਡ ਦਾ ਬਾਰਸ। ਔਰ ਜਿਹਨਾਂ ਬਾਰ ਬਾਰ ਇਹ ਜ਼ਿਕਰ ਹੁੰਦਾ ਹੈ ਕਿ ਜੀ ਛੋਟੇ ਪੈਡਲਰਸ ਨੂੰ ਅਸੀਂ ਫੜਦੇ ਹਾਂ ਬਟ ਵੱਡਿਆਂ ਨੂੰ ਨਹੀਂ ਫੜਦੇ, ਤਾਂ ਜਿਹੜੇ ਵੱਡੇ ਸਮਗਲਰਸ ਹੈ ਹੁਣ 2 KG ਐਂਡ ਅਬਵ ਉਹ ਤਾਂ ਅਸੀਂ ਫੜ ਲਏ, ਪਰ ਉਸ ਤੋਂ ਵੀ ਵੱਡੇ ਹੁੰਦੇ ਨੇ ਜਿਹੜੇ ਕਿ ਖੁਦ ਕੰਮ ਨਹੀਂ ਕਰਦੇ ਪਰ ਉਹਨਾਂ ਨੇ ਅੱਗੇ ਬੰਦੇ ਰੱਖੇ ਹੁੰਦੇ ਨੇ ਆਪਣਾ ਐਸ ਕੋਰੀਅਰਸ। ਤਾਂ ਇਹੋ ਜਿਹੇ ਬੰਦਿਆਂ ਨੂੰ ਫੜਨ ਲਈ ਕਿਉਂਕਿ ਉਹਨਾਂ ਕੋਲ ਪੈਸਾ ਵੀ ਹੁੰਦਾ ਹੈ ਔਰ ਪਹੁੰਚ ਵੀ ਹੁੰਦੀ ਹੈ, ਇਸ ਕਰਕੇ ਸਰਕਾਰ ਨੇ ਇਹ ਵੀ ਡਿਸਾਈਡ ਕੀਤਾ ਕਿ ਹੁਣ ਇੱਕ ਪਿੱਟ NDPS ਐਕਟ ਹੈ 1988 ਦਾ, ਉਹਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਕੀਤੀ ਜਾ ਸਕਦੀ ਹੈ ਔਰ ਅਸੀਂ ਇਸ ਤਰ੍ਹਾਂ ਦੇ 100 ਸਮਗਲਰਸ ਜਿਹੜੇ ਹੈ ਉਹ ਆਈਡੈਂਟੀਫਾਈ ਕੀਤੇ ਹੈ ਸਟੇਟ ਵਿੱਚ, ਜਿਨ੍ਹਾਂ ਦੇ ਖਿਲਾਫ ਇੱਕ ਟਾਰਗੇਟਿਡ ਐਕਸ਼ਨ ਲਿਆ ਜਾਏਗਾ ਔਰ ਜਿਹੜੇ ਕਿ ਆਲਰੇਡੀ ਸਾਡੇ ਕੋਲ ਫੜੇ ਹੋਏ ਹੈ ਉਹਨਾਂ ਦੀ ਪ੍ਰੋਪਰਟੀਜ਼ ਨੂੰ ਜ਼ਬਤ ਕਰਨ ਵਿੱਚ ਅਸੀਂ NDPS ਐਕਟ ਦੇ ਜਿਹੜੀ ਧਾਰਾਵਾਂ ਹੈਗੀਆਂ ਨੇ 68F ਇੱਕ ਧਾਰਾ ਹੈ ਇਨ ਫੋਰ ਫੋਰਫੀਚਰ ਆਫ ਪ੍ਰੋਪਰਟੀ। ਸੋ ਇਹਦੇ ਵਿੱਚ ਅਸੀਂ ਆਲਰੇਡੀ 20 ਕਰੋੜ ਦੀ ਪ੍ਰੋਪਰਟੀ ਪਿਛਲੇ 2 ਸਾਲਾਂ ਵਿੱਚ ਕੀਤੀ ਹੈ, ਬਟ ਮੈਂ ਸਮਝਦੀ ਹਾਂ ਕਿ ਇਸ ਤੋਂ ਜ਼ਿਆਦਾ ਐਫਰਟਸ ਹੋਰ ਇਹਦੇ ਵਿੱਚ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਡਰੱਗ ਸਮਗਲਰ ਹੈ ਉਹਦਾ ਸਭ ਤੋਂ ਜ਼ਿਆਦਾ ਐਕਸ਼ਨ ਕਰਨ ਦਾ ਜਿਹੜਾ ਮੰਤਵ ਹੁੰਦਾ ਹੈ ਉਹ ਹੁੰਦਾ ਹੈ ਕਿ ਅਸੀਂ ਪ੍ਰੋਫਿਟ ਬਣਾਈਏ ਅਤੇ ਕੋਠੀਆਂ ਬਣਾਈਏ ਅਤੇ ਕਾਰਾਂ ਖਰੀਦੀਏ, ਪਰ ਅਗਰ ਅਸੀਂ ਉਹਦੀ ਕਾਰ ਜ਼ਬਤ ਹੋ ਗਈ ਔਰ ਕੋਠੀ ਅਟੈਚ ਹੋ ਗਈ ਤਾਂ ਫਿਰ ਉਹਨੂੰ ਲੱਗੇਗਾ ਕਿ ਇਸ ਬਿਜ਼ਨਸ ਵਿੱਚ ਹੋਰ ਕੋਈ ਫਾਇਦਾ ਨਹੀਂ ਹੈ। ਔਰ ਇਫੈਕਟਿਵ ਇਨਫੋਰਸਮੈਂਟ ਆਉਣ ਵਾਲੇ ਦਿਨਾਂ ਵਿੱਚ ਅਸੀਂ ਕਰਨਾ ਚਾਹੁੰਦੇ ਹਾਂ ਔਰ ਨਾਲ ਦੀ ਨਾਲ ਤੁਹਾਨੂੰ ਪਤਾ ਹੋਏਗਾ ਕਿ ਡੈਪੋ ਔਰ ਬੜੀ ਪ੍ਰੋਗਰਾਮਸ ਜੋ ਹੈ ਉਹਨਾਂ ਨੂੰ ਵੀ ਅਸੀਂ ਸਕਾਰਾਤਮਕ ਤਰੀਕੇ ਨਾਲ ਔਰ ਕੋਆਰਡੀਨੇਟਿਡ ਤਰੀਕੇ ਨਾਲ ਸਾਰੇ ਡਿਪਾਰਟਮੈਂਟਸ ਮਿਲ ਕੇ ਚਲਾ ਰਹੇ ਹਾਂ।